मैं कोशिश ना कोशिश मैंने हम बहुत कंफ्यूज हो गया कॉपी ना करके मैं सच में कह रहा हूं कभी हम कॉपी करने की कोशिश नहीं की थी जी पर मैं उन्होंने ना अपना ना पर कैसे ना प्यारी ना की तानों के बिथु ना चाहने बाद ना मैं उन्होंने कॉपी चाहने बाद हो जाती है जी। ਤੁਹਾਡਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ? ਆਪਾਂ ਸਫ਼ਰ ਦੀ ਗੱਲ ਕਰ ਲਈਏ ਤਾਂ ਹਮੇਸ਼ਾ ਜੋ ਸਿੰਗਰ ਹੁੰਦਾ ਜਾਂ ਕੋਈ ਵੀ ਇਨਸਾਨ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਵੱਧਦਾ ਤਾਂ ਕੁਝ ਨਾ ਕੁਝ ਉਸਦਾ ਬੈਕਗ੍ਰਾਉਂਡ ਜ਼ਰੂਰ ਹੁੰਦਾ, ਕੁਝ ਨਾ ਕੁਝ ਅਨਸੁਣੀ ਸਟੋਰੀ ਜ਼ਰੂਰ ਹੁੰਦੀ ਹੈ। ਸੀਨ ਬਿਹਾਈਂਡ ਦਾ ਸੀਨ ਕਿਹੋ ਜਿਹਾ ਸੀ ਸਭ ਕੁਝ, ਉਸਦੇ ਬਾਰੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਮੈਂ ਸਟਾਰਟ ਕੀਤਾ ਤਕਰੀਬਨ 1992 ਤੱਕ ਦੀ ਗੱਲ ਹੈ ਤੇ ਮੈਂ ਮੇਰੇ ਭੋਜੇ ਲੜਕੇ ਮੱਖਣ ਜੀ ਜੋ ਪਹਿਲਾਂ ਪ੍ਰੋਗਰਾਮ ਲਾਉਂਦੇ ਸੀਗੇ ਉਹਨਾਂ ਨੂੰ ਦੇਖ ਕੇ ਮੇਰਾ ਦਿਲ ਕੀਤਾ ਮੈਂ ਵੀ ਰਾਜ ਬਰਾਜ ਇੰਡੀਪੈਂਡੈਂਸ ਹੈ ਨਾ ਦੇਖਿਆ ਉਹਨਾਂ ਨੂੰ ਮੈਨੂੰ ਲੱਗਿਆ ਮੈਂ ਵੀ ਸਿੰਗਰ ਬਣਨਾ ਨਾ ਪਹਿਲਾਂ ਮੈਂ ਇਸ ਲਾਈਨਾਂ ਵਿੱਚ ਪਹਿਲਾਂ ਚਲੋ ਮੈਂ ਹਾਰਮੋਨੀਅਮ ਲਿਆਂਦਾ ਚੋਰੀ ਬਾਪੂ ਤੋਂ ਡੈਡੀ ਤੋਂ ਪਰਮਿਸ਼ਨ ਹੁੰਦਾ ਕੁਛ ਕਹਿਣ ਨਾ ਕਰੋ ਹੁੰਦਾ ਮੈਂ ਸ਼ੱਕ ਰਿਹਾ ਸੀ ਨਹੀਂ ਆਪਣੇ ਨੋਰਮਲ ਜਿਮੀਦਾਰ ਦੇ ਘਰ ਚ ਹੁੰਦਾ ਯਾਰ ਵੀ ਤੂੰ ਕਿਹੜੇ ਕੰਮ ਚ ਪੈ ਗਿਆ ਕਲਾਕਾਰ ਤੂੰ ਕਿਉਂ ਇਸ ਕੰਮ ਚ ਪੈ ਗਿਆ ਥੋੜਾ ਜਿਹਾ ਕਰਦੇ ਆ ਮੈਂ ਡੈਡੀ ਤੋਂ ਡਰਦੇ ਰਹੇ ਹਾਰਮੋਨੀਅਮ ਲਿਆਂਦਾ ਘਰ ਤੇ ਜਦੋਂ ਖੇਤ ਚਲ ਜਾਇਆ ਕਰਨਾ ਹਰਮੋਨ ਕੱਢ ਲਿਆ ਕਰਾਂ ਜਦੋਂ ਘਰੇ ਆ ਜਾਇਆ ਕਰਨਾ ਮੈਂ ਲਕੋਦੇ ਕਰਨ ਕੱਪੜਾ ਪਾ ਕੇ ਰਜਾਈਆਂ ਪਾ ਕੇ ਲਕੋਦੇ ਕਰਨ ਮੈਨੂੰ ਪਤਾ ਨੀ ਲੱਗਿਆ ਮੈਨੂੰ ਇੱਕ ਦਿਨ ਮੈਂ ਰਿਆਜ਼ ਕਰ ਰਿਹਾ ਸੀ ਉੱਪਰੋਂ ਪਾਪਾ ਜੀ ਟਰੈਕਟਰ ਲੈ ਕੇ ਘਰ ਆ ਗਏ ਤੇ ਮੈਨੂੰ ਦੇਖਿਆ ਮੈਂ ਕਿਹਾ ਲੋ ਅੱਜ ਛਿੱਤਰ ਪੈਣਗੇ ਪੱਕਾ ਵੀ ਇਹਨਾਂ ਨੂੰ ਦੇਖ ਲਿਆ ਕਿਉਂਕਿ ਅਮਰ ਛਕਾ ਹੋਇਆ ਇੱਕ ਤੇ ਨੋਰਮਲੀ ਗੱਲ ਆਪਣੇ ਜਿਮੀਦਾਰਾਂ ਦੇ ਵਿੱਚ ਇਹ ਹੁੰਦਾ ਹੈ ਨਾ ਹਰ ਘਰ ਦੀ ਕਹਾਣੀ ਮੈਂ ਕਿਹਾ ਛਿੱਤਰ ਪੈਣਗੇ ਪਰ ਮੈਂ ਇਹ ਵੀ ਗੱਲ ਕਹਿੰਦਾ ਕਿ ਮੇਰੇ ਬਾਪੂ ਮੇਰੇ ਪਿਓ ਵਰਗਾ ਵੀ ਹਰ ਇਨਸਾਨ ਉਹਦੇ ਪਿਓ ਦੇ ਲਈ ਮੈਨੂੰ ਉਹਨੇ ਡਰ ਮੈਂ ਡਰਿਆ ਪਰ ਉਹਨੇ ਮੈਨੂੰ ਹੌਸਲਾ ਦਿੱਤਾ ਕਹਿੰਦੇ ਅਗਰ ਤੂੰ ਹਾਰਮੋਨੀਅਮ ਸਿੱਖਣਾ ਹੈ ਤਾਂ ਕਿਸੇ ਬੰਦੇ ਨੂੰ ਉਸਤਾਦ ਆ ਘਰ ਬੈਠ ਕੇ ਕਿੱਦਾਂ ਸਿੱਖੇਗਾ ਫਿਰ ਉਹ ਦਿਨ ਜਾਂਦਾ ਅੱਜ ਦਿਨ ਆਏ ਜਾਂਦੇ ਮੈਂ ਵੀ ਉਸ ਤੋਂ ਅੱਗੇ ਫਿਰ ਬਾਅਦ ਮੈਂ ਪਿੱਛੇ ਮੁੜ ਕੇ ਦੇਖਿਆ ਬਹੁਤ ਹੌਸਲਾ ਦਿੱਤਾ ਉਹਨੇ ਅੱਜ ਤੱਕ ਵੀ ਮੇਰੇ ਨਾਲ ਹੀ ਮੇਰੇ ਮੇਰੇ ਪਿਓ ਹੀ ਨਹੀਂ ਉਹ ਮੇਰੇ ਇੱਕ ਫਰੈਂਡ ਵੀ ਹੈ ਮੇਰੇ ਦੋਸਤ ਵੀ ਮੇਰੇ ਆੜੀ ਵੀ ਤੇ ਬਾਅਦ ਵਿੱਚ ਬਸ ਇੱਦਾਂ ਚੱਲਦਾ ਰਿਹਾ ਬਾਕੀ ਸਾਲ ਦੇ 2022 ਆ ਗਿਆ ਤੇ ਲੱਗੇ ਨੇ ਬਿਲਕੁਲ ਤੁਹਾਡੀ ਤੇ ਮੇਰੀ ਕਹਾਣੀ ਨਾ ਕੁਛ ਕੁਛ ਮਿਲਦੀ ਹੈ। ਤੁਸੀਂ ਹਾਰਮੋਨੀਅਮ ਚੋਰੀ ਲਿਆਂਦਾ, ਚੋਰੀ ਚੋਰੀ ਵਜਾਉਣਾ ਉਸਨੂੰ ਸ਼ੁਰੂ ਕੀਤਾ, ਜਦੋਂ ਫਾਦਰ ਸਾਹਿਬ ਆ ਜਾਂਦੇ ਤਾਂ ਛੱਡ ਕੇ ਲੁਕੋ ਦਿੰਦੇ ਸੀ। ਅਸੀਂ ਕੀ ਕਰਦੇ ਸੀ ਕਿ ਸਾਨੂੰ ਘਰੇ ਟੀਵੀ ਦੇਖਣਾ ਅਲਾਊਡ ਨਹੀਂ ਸੀ, ਸਾਡੇ ਮੇਰੇ ਫਾਦਰ ਸਾਹਿਬ ਦੀ ਦੁਕਾਨ ਘਰ ਦੇ ਬਾਹਰ ਸੀ, ਅਸੀਂ ਅੰਦਰੋਂ ਟੀਵੀ ਲਾਉਣਾ, ਜਦੋਂ ਡੈਡੀ ਨੇ ਆਉਣਾ ਅਸੀਂ ਭੱਜ ਕੇ ਟੀਵੀ ਬੰਦ ਕਰ ਦੇਣਾ। ਅੱਜ ਤੁਸੀਂ ਇੱਕ ਵਧੀਆ ਗਾਇਕ ਹੋ, ਚੰਗੇ ਗੀਤ ਗਾਣੇ ਤੇ ਅੱਜ ਮੈਂ ਇੱਕ ਟੀਵੀ ਚੈਨਲ ਤੇ ਕੰਮ ਕਰ ਰਹੀ ਹਾਂ ਤੇ ਇੱਥੇ ਆਪਾਂ ਗੱਲ ਹਾਂਜੀ ਮਤਲਬ ਟੀਵੀ ਤੋਂ ਗੱਲ ਯਾਦ ਹੈ ਸੇਮ ਮੇਰੀ ਸਟੋਰੀ ਹੈ ਮੈਂ ਮਹਾਭਾਰਤ ਚੱਲ ਰਹੀ ਸੀ ਉਸ ਟਾਈਮ ਜੀ ਉੱਪਰ ਜੀ ਪਰ ਮੇਰੇ ਡੈਡੀ ਅਲਾਉ ਸਾਡੇ ਘਰ ਲਾਉਣ ਸੀ ਟੀਵੀ ਲੈ ਕੇ ਉੱਪਰ ਕਹਿੰਦੇ ਨਹੀਂ ਮੈਂ ਟੀਵੀ ਨਹੀਂ ਦੇਖਦਾ ਆਪਾਂ ਨੂੰ ਮੇਰੇ ਮੰਮੀ ਨੇ ਕਿਹਾ ਸੀ ਟੀਵੀ ਨਹੀਂ ਹੋਣਾ ਦੇਣਾ ਮੈਂ ਕਿਸੇ ਘਰ ਮਹਾਭਾਰਤ ਦੇਖਣ ਚਲੇ ਗਿਆ ਬਿਲਕੁਲ ਇਸੇ ਤਰ੍ਹਾਂ ਦੇ ਬੱਚੇ ਬਹੁਤ ਅੱਗੇ ਵੱਧਦੇ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੱਡੇ ਬ੍ਰਦਰ ਨੇ ਉਹ ਪਹਿਲੀ ਵਾਰ ਅਸੀਂ ਖੇਤ ਤੇ ਡੀਜ਼ਲ ਲੈ ਕੇ ਜਾਣਾ ਸੀ ਮਗਰ ਟਰੈਕਟਰ ਤੇ ਹਾਂ ਟਰੈਕਟਰ ਲਈ ਡੀਜ਼ਲ ਮੈਨੂੰ ਲੱਭਿਆ ਮੇਰੇ ਡੈਡੀ ਨੇ ਮੈਂ ਨਾ ਮਿਲਿਆ ਉਹਨੂੰ ਪਤਾ ਲੱਗਾ ਟੀਵੀ ਦੇਖਣੀ ਹੈ ਕਿਸੇ ਘਰ 9 ਵਜੇ ਮਹਾਭਾਰਤ ਚੱਲ ਰਿਹਾ ਸੀ ਅੱਛਾ ਬਹੁਤ ਵਧੀਆ ਸਮਾਂ ਸੀ ਉਹ ਵਾਲਾ।